ਕਾਂਗਰਸ ਨੇ ਇੱਕ ਨਾਰਾ ਦਿੱਤਾ ਸੀ ਘਰ ਘਰ ਨੌਕਰੀ, ਘਰ ਘਰ ਨੌਕਰੀ ਲੋਕਾਂ ਨੂੰ ਕਹਿਤਾ, ਲੇਕਿਨ ਕਾਂਗਰਸੀ ਨੇਤਾਵਾਂ ਨੇ ਆਪਣੇ ਘਰ ਨੌਕਰੀ ਨਹੀਂ ਕਿਹਾ। ਸੀਨੀਅਰ ਡਿਪਟੀ ਮੇਅਰ ਹੁੰਦਿਆਂ ਬੀਬੀ ਸੁਰਿੰਦਰ ਕੌਰ ਜੀ ਨੇ ਆਪਣੇ ਬੇਟੇ ਨੂੰ ਕਾਰਪੋਰੇਸ਼ਨ ਜਲੰਧਰ ਵਿੱਚ ਜੂਨੀਅਰ ਇੰਜੀਨੀਅਰ JEE ਭਰਤੀ ਕਰਵਾਇਆ। ਸੀਨੀਅਰ ਡਿਪਟੀ ਮੇਅਰ ਉਹਨਾਂ ਨੇ ਆਪਣੀ ਪੋਜੀਸ਼ਨ ਦਾ ਨਜਾਇਜ਼ ਗਲਤ ਇਸਤੇਮਾਲ ਕੀਤਾ ਹੈ, ਉਹਦਾ ਇਹ ਸਬੂਤ ਹੈ ਕਿ ਮਾਤਾ ਜੀ ਕਾਰਪੋਰੇਸ਼ਨ ਵਿੱਚ ਸੀਨੀਅਰ ਡਿਪਟੀ ਮੇਅਰ ਅਤੇ ਬੇਟਾ ਜੀ ਡਾਇਰੈਕਟ JEE ਲੱਗ ਗਏ। ਸਿਰਫ ਆਪਣੇ ਘਰ ਵਿੱਚ ਰਹਿ ਕੇ ਆਪਣੇ ਦੂਜੇ ਕੰਮ ਰੀਅਲ ਸਟੇਟ ਦੇ ਕੰਮ ਕਰਦੇ ਰਹੇ। ਇਹ ਸਰਾਸਰ ਪਬਲਿਕ ਨਾਲ ਵੀ ਧੋਖਾ ਹੈ ਅਤੇ ਸਰਕਾਰ ਦੇ ਖਜ਼ਾਨੇ ਦੇ ਉੱਤੇ ਵੀ ਡਾਕਾ ਹੈ। ਇਹ ਕਾਂਗਰਸ ਦਾ ਕਲਚਰ ਹੈ, ਇਹ ਕਾਂਗਰਸ ਨੇ ਦਿੱਤਾ ਹੈ। ਇਹ ਗਰੀਬਾਂ ਨਾਲ, ਆਮ ਲੋਕਾਂ ਨਾਲ ਹੇਰਾ ਫੇਰੀ ਹੈ। ਵੋਟਾਂ ਤਾਂ ਗਰੀਬਾਂ ਦੀਆਂ ਲੈਂਦੀ ਕਾਂਗਰਸ, ਵੈਸਟ ਦੇ ਲੋਕ ਇਹੋ ਜਿਹੇ ਲੋਕਾਂ ਨੂੰ ਬਿਲਕੁਲ ਵੋਟ ਨਾ ਪਾਉਣ, ਕਿਉਂਕਿ ਇਹ ਫਿਰ ਜੇ ਜਿੱਤ ਜਾਂਦੇ ਆ ਤੁਹਾਡਾ ਕੋਈ ਕੰਮ ਨਹੀਂ ਕਰਨਾ। ਰਿਕਾਰਡ ਇਹਨਾਂ ਨੇ ਤੋੜੇ ਆ। ਔਰ ਤੁਹਾਨੂੰ ਯਾਦ ਹੋਏਗਾ ਕਿ 2017 ਦੀਆਂ ਵਿਧਾਨ ਸਭਾ ਇਲੈਕਸ਼ਨਾਂ 'ਚ ਕਾਂਗਰਸ ਨੇ ਇੱਕ ਨਾਰਾ ਦਿੱਤਾ ਸੀ ਘਰ ਘਰ ਨੌਕਰੀ, ਘਰ ਘਰ ਨੌਕਰੀ ਲੋਕਾਂ ਨੂੰ ਕਹਿਤਾ, ਲੇਕਿਨ ਕਾਂਗਰਸੀ ਨੇਤਾਵਾਂ ਨੇ ਆਪਣੇ ਘਰ ਨੌਕਰੀ ਨਹੀਂ ਕਿਹਾ। ਆਪਣੇ ਘਰ ਨੌਕਰੀ, ਉਹੀ ਇੱਕ ਗੱਲ ਅੱਜ ਤੁਹਾਡੇ ਸਾਹਮਣੇ ਲੈ ਕੇ ਆਇਆ ਕਿ ਜਿਹੜੇ ਜਲੰਧਰ ਦੇ ਵੈਸਟ ਦੇ ਕਾਂਗਰਸ ਦੇ ਉਮੀਦਵਾਰ ਸਾਡੀ ਭੈਣ ਸੁਰਿੰਦਰ ਕੌਰ ਜੀ ਜਿਹੜੇ ਸੀਨੀਅਰ ਡਿਪਟੀ ਮੇਅਰ ਰਹੇ, ਜਿਨ੍ਹਾਂ ਦੇ ਬਾਰੇ ਕੱਲ੍ਹ ਅਸੀਂ ਕਿਹਾ ਸੀ ਕਿ ਉਹਨਾਂ ਦੇ ਪਰਿਵਾਰ ਦੇ ਮੈਂਬਰ ਕਾਰਪੋਰੇਸ਼ਨ ਏਰੀਏ ਦੇ ਅੰਦਰ ਬਿਨਾਂ CLU ਦੇ, ਬਿਨਾਂ ਕਾਰਪੋਰੇਸ਼ਨ ਦੀ ਅਪਰੂਵਲ ਦੇ, ਬਿਨਾਂ NOC ਦੇ, ਬਿਨਾਂ ਬਾਕੀ ਗਤੀ ਜਿਹੜੀਆਂ ਲੀਗਲ ਫਾਰਮੈਲਿਟੀਜ਼ ਉਹਨੂੰ ਪੂਰਾ ਕੀਤੇ, ਉਹ ਕਮਰਸ਼ੀਅਲ ਪਲਾਟਾਂ ਨੂੰ ਰੈਜੀਡੈਂਸ਼ੀਅਲ ਵਿੱਚ ਬਦਲ ਕੇ ਉਹਨੂੰ ਸੇਲ ਕਰ ਰਿਹਾ। ਉਹਦੀ ਰਜਿਸਟਰੀ ਵੀ ਤੁਹਾਨੂੰ ਸ਼ੋਅ ਕੀਤੀ ਸੀ ਅਤੇ ਮੈਂ ਉਹਨੂੰ ਕੁਸ਼ਚਨ ਵੀ ਕੀਤੇ ਸੀ, ਲੇਕਿਨ ਮੇਰੇ ਸਵਾਲਾਂ ਦੇ ਕੱਲ੍ਹ ਜਵਾਬ ਨਹੀਂ ਆਏ। ਹੁਣ ਮੈਂ ਪੁੱਛਣਾ ਚਾਹੁੰਦਾ ਅੱਜ ਇੱਕ ਹੋਰ, ਸੁਰਿੰਦਰ ਕੌਰ ਜੀ ਨੂੰ ਜਿਹੜੇ ਸੀਨੀਅਰ ਡਿਪਟੀ ਮੇਅਰ ਸੀ 2017 'ਚ ਬਣੇ, 5 ਸਾਲ ਰਹੇ, ਅਤੇ ਨਾਲ ਕਾਂਗਰਸ ਦੀ ਸਾਰੀ ਲੀਡਰਸ਼ਿਪ ਨੂੰ, ਕਾਂਗਰਸ ਦੇ ਪ੍ਰਧਾਨ ਸਾਹਿਬ ਨੂੰ, ਕਾਂਗਰਸ ਦੇ ਸਾਰੇ ਨੇਤਾਵਾਂ ਨੂੰ, ਕਿ ਕੀ ਤੁਸੀਂ ਇਹ ਕਿਹਾ ਸੀ ਕਿ ਆਪਣੇ ਘਰ ਨੌਕਰੀ? ਅਤੇ ਆਹ ਦੇਖੋ, ਸੀਨੀਅਰ ਡਿਪਟੀ ਮੇਅਰ ਹੁੰਦਿਆਂ ਬੀਬੀ ਸੁਰਿੰਦਰ ਕੌਰ ਜੀ ਨੇ ਆਪਣੇ ਬੇਟੇ ਨੂੰ ਕਾਰਪੋਰੇਸ਼ਨ ਜਲੰਧਰ ਵਿੱਚ ਜੂਨੀਅਰ ਇੰਜੀਨੀਅਰ JEE ਭਰਤੀ ਕਰਵਾਇਆ। ਇਹ ਉਹਦੀ ਅਪੁਆਇੰਟਮੈਂਟ ਹੈ, ਇਹ ਉਹਦੀ ਅਪੁਆਇੰਟਮੈਂਟ ਹੈ। ਇਹ ਗ੍ਰੈਟਿਸ ਕੰਪਨੀ ਆ ਜਿਹੜੀ ਇਹਨਾਂ ਨੂੰ ਆਊਟਸੋਰਸਿੰਗ 'ਤੇ ਸਪਲਾਈ ਕਰਦੀ ਹੈ। ਇਹਦੇ ਵਿੱਚ ਆ ਬਕਾਇਦਾ ਉਹਦੀ ਅਪੁਆਇੰਟਮੈਂਟ ਲੈਟਰ ਹੈ ਅਤੇ ਬਕਾਇਦਾ ਹੋਰ ਦੱਸਦਾ ਇੰਟਰਸਟਿੰਗ ਗੱਲ, ਆਊਟਸੋਰਸ JEE, BR
ਡੇਟ ਆਫ ਜੁਆਇਨਿੰਗ 9/1/19 ਪੰਜਵੇਂ ਨੰਬਰ 'ਤੇ ਕਰਨ ਸੁਮਨ ਸਨ ਆਫ ਲੇਟ ਸ਼੍ਰੀ ਰਾਮ ਆਸਰਾ ਜੀ ਜ਼ੋਨ ਸਬਜ਼ੀ ਮੰਡੀ 9/1/2019 ਸਾਈਟ 'ਤੇ ਲਿਖਿਆ ਆ ਜਾਓ ਸਾਈਟ 'ਤੇ ਲਿਖਿਆ ਰੈਫਰੈਂਸ ਸੀ ਅਜੇ ਤੁਸੀਂ ਹਾਈਲਾਈਟਡ ਪੁਆਇੰਟ ਜਿਹੜਾ ਦੇਖ ਲਓ ਸਾਈਟ 'ਤੇ ਲਿਖਿਆ ਗਿਆ ਉਹਨਾਂ ਦੇ ਬੇਟੇ ਦੇ ਨਾਂ 'ਤੇ ਰੈਫਰੈਂਸ ਲਿਖਿਆ ਗਿਆ ਸੀਨੀਅਰ ਡਿਪਟੀ ਮੇਅਰ ਉਹਨਾਂ ਨੇ ਆਪਣੀ ਪੁਜੀਸ਼ਨ ਦਾ ਨਜਾਇਜ਼ ਗਲਤ ਇਸਤੇਮਾਲ ਕੀਤਾ ਹੈ ਉਹਦਾ ਇਹ ਸਬੂਤ ਹੈ ਉਹਨਾਂ ਦੀ ਵਾਰਡ 'ਚ ਉਹਨਾਂ ਦੇ ਇਲਾਕੇ 'ਚ ਉਹਨਾਂ ਦੇ ਵੈਸਟ ਹਲਕੇ 'ਚ ਬਹੁਤ ਸਾਰੇ ਪੜ੍ਹੇ ਲਿਖੇ ਨੌਜਵਾਨ ਬੇਰੁਜ਼ਗਾਰ ਨੇ ਕਿਸੇ ਹੋਰ ਘਰ ਵੱਲ ਧਿਆਨ ਨਹੀਂ ਗਿਆ ਆਪਣੇ ਹੀ ਘਰ ਵਿੱਚ ਧਿਆਨ ਗਿਆ ਉਹ ਇੰਨੇ ਜ਼ਰੂਰਤਮੰਦ ਸੀ ਕਿ ਮਾਤਾ ਜੀ ਕਾਰਪੋਰੇਸ਼ਨ ਵਿੱਚ ਸੀਨੀਅਰ ਡਿਪਟੀ ਮੇਅਰ ਅਤੇ ਬੇਟਾ ਜੀ ਡਾਇਰੈਕਟ ਜੇਈ ਲੱਗ ਗਏ ਅਤੇ ਉਹਨਾਂ ਦੀ ਪੋਸਟਿੰਗ ਵੀ ਵੈਸਟ ਹਲਕੇ ਵਿੱਚ ਲਗਾਈ ਗਈ ਇਹੀ ਨਹੀਂ ਉਹ ਵੈਸਟ ਹਲਕੇ ਵਿੱਚ ਕਦੀ ਕੰਮ ਵੀ ਨਹੀਂ ਕਰਨ ਗਏ ਕਦੀ ਕਿਸੇ ਵਾਰਡ ਕਿਸੇ ਮੁਹੱਲੇ ਵਿੱਚ ਜਿਹੜਾ ਉਹਨਾਂ ਨੂੰ ਕੰਮ ਸੀ ਉਹ ਕੰਮ ਵੀ ਨਹੀਂ ਕੀਤਾ ਸਿਰਫ ਆਪਣੇ ਘਰ ਵਿੱਚ ਰਹਿ ਕੇ ਆਪਣੇ ਦੂਜੇ ਕੰਮ ਰੀਅਲ ਸਟੇਟ ਦੇ ਕੰਮ ਕਰਦੇ ਰਹੇ ਇਹ ਸਰਾਸਰ ਪਬਲਿਕ ਨਾਲ ਵੀ ਧੋਖਾ ਹੈ ਅਤੇ ਸਰਕਾਰ ਦੇ ਖਜ਼ਾਨੇ ਦੇ ਉੱਤੇ ਵੀ ਡਾਕਾ ਹੈ ਆਹ ਦੇਖ ਲਓ ਹੁਣ ਇਹਦਾ ਜਵਾਬ ਵੀ ਉਹਨਾਂ ਕੋਲੋਂ ਜ਼ਰੂਰ ਮੈਂ ਅੱਜ ਮੰਗਣਾ ਚਾਹੁੰਦਾ ਕੱਲ੍ਹ ਦਾ ਜਵਾਬ ਤਾਂ ਨਹੀਂ ਮਿਲਿਆ ਮੇਰੇ ਸਵਾਲਾਂ ਦਾ ਵੀ ਸੀ ਐਲ ਯੂ ਹੈ ਸੀਵਰੇਜ ਦਾ ਕਨੈਕਸ਼ਨ ਦੀ ਅਪਰੂਵਲ ਹੈ ਕਮਰਸ਼ੀਅਲ ਤੋਂ ਰੈਜੀਡੈਂਸ਼ੀਅਲ ਕਰਨ ਦੀ ਅਪਰੂਵਲ ਹੈ ਨਹੀਂ ਹੁਣ ਆਹ ਵੀ ਦੇਖ ਲਓ 2019 'ਚ ਅਪੁਆਇੰਟਮੈਂਟ ਹੁੰਦੀ ਹੈ ਫਿਰ ਅੱਗੋਂ ਫਿਰ ਦਫ਼ਤਰੀ ਹੁਕਮ ਨਗਰ ਨਿਗਮ 27/1/2020 ਫਿਰ ਦੁਬਾਰਾ ਪੋਸਟਿੰਗ ਜਿਹੜੀ ਅੱਗੇ ਕਰਦੇ ਆ ਬਦਲੀ ਕਰਦੇ ਆ ਬਸ ਫਿਰ ਅੱਗੇ ਆ ਗਿਆ 27/1/2020 'ਚ ਉਹ ਰੈਗੂਲਰ ਕੰਮ ਕਰ ਰਹੇ ਆ ਇਹ ਕਾਂਗਰਸ ਦਾ ਕਲਚਰ ਹੈ ਇਹ ਕਾਂਗਰਸ ਨੇ ਦਿੱਤਾ ਹੈ ਇਹ ਗਰੀਬਾਂ ਨਾਲ ਆਮ ਲੋਕਾਂ ਨਾਲ ਹੇਰਾ ਫੇਰੀ ਹੈ ਵੋਟਾਂ ਤਾਂ ਗਰੀਬਾਂ ਦੀਆਂ ਲੈਂਦੀ ਕਾਂਗਰਸ ਨਾਰਾ ਲਾ ਕੇ ਕੋਈ ਨਾ ਕੋਈ ਲੇਕਿਨ ਸੇਵਾ ਆਪਣਿਆਂ ਦੀ ਆਪਣੇ ਪਰਿਵਾਰ ਦੀ ਆਪਣੇ ਘਰਦਿਆਂ ਦੀ ਕਰਦੇ ਹਨ ਹੁਣ ਮੈਂ ਫਿਰ ਜਲੰਧਰ ਵੈਸਟ ਦੇ ਵੋਟਰਾਂ ਨੂੰ ਅਪੀਲ ਕਰਨੀ ਚਾਹੂੰਗਾ ਇਹ ਸਾਰੇ ਮੇਰੇ ਸੱਜਣ ਨਰਿੰਦਰ ਜੀ ਬੋਬੀ ਜੀ ਬੱਬਲੂ ਜੀ ਇਹ ਸਾਰੇ ਉਹਨਾਂ ਦੀ ਵਾਰਡ ਦੇ ਬੂਟਾ ਮੰਡੀ ਜੱਲੋਵਾਲ ਦੇ ਰਹਿਣ ਵਾਲੇ ਹਨ ਉਹਨਾਂ ਨੇ ਕਦੀ ਵੀ ਇਸ ਇਲਾਕੇ 'ਚ ਕਿਸੇ ਬੱਚੇ ਨੂੰ ਨੌਕਰੀ 'ਤੇ ਨਹੀਂ ਲਵਾਇਆ ਆਪਣਾ ਬੱਚਾ ਹੀ ਨਜ਼ਰ ਆਇਆ ਮੈਂ ਹੁਣ ਜਲੰਧਰ ਵੈਸਟ ਦੇ ਵੋਟਰਾਂ ਨੂੰ ਇਹ ਬੇਨਤੀ ਕਰਨੀ ਚਾਹੂੰਗਾ ਫੈਸਲਾ ਤੁਸੀਂ ਕਰਨਾ ਵਿਧਾਨ ਸਭਾ 'ਚ ਕਾਰਪੋਰੇਸ਼ਨ 'ਚ ਇਮਾਨਦਾਰ
ਲੋਕਾਂ ਦੀ ਸੇਵਾ ਕਰਨ ਵਾਲੇ ਹੀ ਬੈਠਣੇ ਚਾਹੀਦੇ ਹਨ। ਬੀਬੀ ਜੀ 5 ਸਾਲ ਗੈਰ ਹਾਜ਼ਰ ਵੀ ਰਹੇ, 5 ਸਾਲ ਉਹਨਾਂ ਦੀ ਕਾਰਜਕਾਰੀ ਵੀ ਜ਼ੀਰੋ ਰਹੀ, ਕਿਸੇ ਦੀ ਕਿਸੇ ਮੁਸ਼ਕਲ ਵਿੱਚ ਦੁੱਖ ਸੁੱਖ ਵਿੱਚ ਸ਼ਾਮਿਲ ਨਹੀਂ ਹੋਏ ਅਤੇ ਆਹ ਜਿਹੜਾ ਕੱਲ੍ਹ ਦਾ ਅਤੇ ਅੱਜ ਦਾ ਆਹ ਨੌਕਰੀਆਂ ਵਾਲਾ ਮਾਮਲਾ ਇਹ ਹੁਣ ਮੈਂ ਤੁਹਾਡੇ ਸਾਹਮਣੇ ਲਿਆਂਦਾ ਹੈ। ਵੈਸ ਦੇ ਲੋਕ ਇਹੋ ਜਿਹੇ ਲੋਕਾਂ ਨੂੰ ਬਿਲਕੁਲ ਵੋਟ ਨਾ ਪਾਉਣ, ਕਿਉਂਕਿ ਇਹ ਫਿਰ ਜੇ ਜਿੱਤ ਜਾਂਦੇ ਆ ਤੁਹਾਡਾ ਕੋਈ ਕੰਮ ਨਹੀਂ ਕਰਨਾ। ਇਹਨਾਂ ਦੇ ਖੂਨ ਵਿੱਚ ਪਰਿਵਾਰ ਦੀ ਸੇਵਾ ਹੈ, ਆਪਣੇ ਘਰ ਭਰਨ ਦੀ ਸੋਚ ਹੈ। ਇਸ ਕਰਕੇ ਆਮ ਆਦਮੀ ਪਾਰਟੀ ਤੁਹਾਡੀ ਆਪਣੀ ਪਾਰਟੀ ਆ, ਸਿਰਫ 12 ਸਾਲ ਪਹਿਲਾਂ ਬਣੀ ਹੈ, ਉਹਦੀ ਸਪੋਰਟ ਕਰੋ, ਉਹਨੂੰ ਵੋਟ ਪਾਓ ਤਾਂ ਕਿ ਅੱਛੇ ਲੋਕ, ਇਮਾਨਦਾਰ ਲੋਕ ਵਿਧਾਨ ਸਭਾਵਾਂ ਦੇ ਵਿੱਚ ਜਿੱਤ ਕੇ ਜਾ ਕੇ ਬੈਠ ਸਕਣ ਅਤੇ ਤੁਹਾਡੇ ਵਾਸਤੇ ਕੰਮ ਕਰ ਸਕਣ। ਥੈਂਕ ਯੂ।